ਹਰ ਹਿੱਤੇ ਦਾ ਕਲਚਰ ਵੱਖੋ ਵੱਖੇ, ਉੱਥੋਂ ਦੀ ਰਹਿਤਲ, ਖਾਣੇ, ਲਿਬਾਸ, ਬੋਲੀ ਤੇ ਗਾਣੇ ਉਸ ਹਿੱਤੇ ਦੇ ਕਲਚਰ ਨੂੰ ਦੂਸਰਿਆਂ ਤੋਂ ਵੱਖ ਕਰਦੇ ਨੇ। ਪੰਜਾਬ ਦਾ ਕਲਚਰ ਪੂਰੀ ਦੁਨੀਆਂ ਵਿੱਚ ਇੱਕ ਅਲੱਗ ਪਛਾਣ ਰੱਖਦਾ ਹੈ। ਪੰਜਾਬ ਦੇ ਕਲਚਰ ਦੀ ਇੱਕ ਪਛਾਣ ਇੱਥੋਂ ਦੇ ਗਾਣੇ ਨੇ। ਪੰਜਾਬ 'ਚ ਇੱਕ ਤੋਂ ਵੱਧ ਇੱਕ ਗੁਲੂਕਾਰ ਦਾ ਜਨਮ ਹੋਇਆ। ਇੱਥੋਂ ਦੇ ਗੁਲੂਕਾਰਾਂ ਨੇ ਲੋਕ ਮੌਸੀਕੀ ਦੇ ਨਾਲ ਨਾਲ ਕਲਾਸੀਕਲ ਮੌਸੀਕੀ ਵਿੱਚ ਵੀ ਖਾਸ ਮੁਕਾਮ ਪੈਦਾ ਕੀਤਾ। ਮਲੇਰਕੋਟਲਾ ਪੰਜਾਬ ਵਿੱਚ ਮਸ਼ਹੂਰ ਗੁਲੂਕਾਰਾ ਜ਼ੀਨਤ ਬੇਗਮ ਹੁਰਾਂ ਦਾ ਜਨਮ ਹੋਇਆ। ਆਪ ਦਾ ਜਨਮ ਦਿਹਾੜ 11 ਨਵੰਬਰ 1931 ਹੈ। ਜ਼ੀਨਤ ਬੇਗਮ ਦਾ ਤਾਲੁਕ ਉਸ ਬਾਜ਼ਾਰ ਦੇ ਘਰਾਣੇ ਨਾਲ ਸੀ ਜਿੱਥੇ ਫਨਕਾਰ ਰਹਿੰਦੇ ਸਨ। ਉਹਨਾਂ ਆਪਣੇ ਘਰ ਵਿੱਚ ਸੁਰ ਸੰਗੀਤ ਸੁਣ ਕੇ ਬਚਪਨ ਹੰਡਾਇਆ। ਬਚਪਨੇ ਵਿੱਚ ਹੀ ਆਪਣੇ ਘਰ ਸੱਜਣ ਵਾਲੀਆਂ ਮਹਿਫਲਾਂ ਵਿੱਚ ਗਾਉਣ ਲੱਗ ਪਈਆਂ। 1947 ਵਿੱਚ ਪੰਡਿਤ ਅਮਰਨਾਥ ਨੇ ਉਹਨਾਂ ਨੂੰ ਸੁਣਿਆ ਤੇ ਬਹੁਤ ਮੁਤਾਸਰ ਹੋਏ। ਉਹ ਉਹਨਾਂ ਨੂੰ ਫਿਲਮੀ ਦੁਨੀਆ ਵੱਲ ਲੈ ਗਏ। ਉਹਨਾਂ ਪਹਿਲੀ ਵਾਰੀ 1942 ਵਿੱਚ ਗੋਵਿੰਦ ਰਾਮ ਹੋਰਾਂ ਦੀ ਫਿਲਮ ਮੰਗਤੀ ਲਈ ਗਾਣੇ ਗਾਏ। ਸੁਪਨੇ ਵਿੱਚ ਮਾਹੀ ਆਇਆ, ਸੁਪਨੇ ਵਿੱਚ ਮਾਹੀ ਆਇਆ ਹੌਲੀ ਹੌਲੀ, ਸੁਪਨੇ ਵਿੱਚ ਮਾਹੀ ਆਇਆ ਸੁੱਤੀ ਪਈ ਨੂੰ ਆਣ ਜਗਾਇਆ, ਸੁੱਤੀ ਪਈ ਨੂੰ ਆਣ ਜਗਾਇਆ, ਸੁੱਤੀ ਪਈ ਨੂੰ ਚੜਨ ਲੱਗਾ, ਬੁੰਦਿਆਂ ਤੇ ਹੱਥ ਫੇਰਨ ਲੱਗਾ, ਤੇ ਮੈਂ ਕਿਹਾ ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਤੇੜ ਬਾਬੂ, ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਤੇੜ ਬਾਬੂ, ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਤੇੜ ਬਾਬੂ। ਬੁੰਦਿਆਂ ਵਾਲੀਆਂ ਸਾਡੀ ਗਲੀਆਂ ਵੀ, ਬੁੰਦਿਆਂ ਵਾਲੀਆਂ ਸਾਡੀ ਗਲੀਆਂ ਵੀ, ਬੀਬਾ ਸਾਡੀ ਗਲੀਆਂ ਵੀ, ਹਾਂ ਸਾਡੀ ਗਲੀਆਂ ਵੀ, ਹਾਂ ਤੂੰ ਬਾਬੂ ਜੀ ਦੇ ਹੁੰਦੇ, ਹਾਂ ਵੀ ਤੂੰ ਬਾਬੂ ਜੀ ਦੇ ਹੁੰਦੇ ਨਾ ਚੇੜ ਬਾਬੂ, ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਚੇੜ ਬਾਬੂ, ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਚੇੜ ਬਾਬੂ। ਬਾਬੂ ਜੀ ਦਾ ਦਿਲ ਪਰ ਚਾਂਦੀ, ਕੋਲ ਮੇਰੇ ਜੇ ਹੁੰਦੇ, ਕੋਲ ਮੇਰੇ ਜੇ ਹੁੰਦੇ ਨਾ ਤੇੜ ਬਾਬੂ, ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਤੇੜ ਬਾਬੂ, ਪੀੜ ਕਰੇਂਦੇ ਨਾਜ਼ੁਕ ਬੁੰਦੇ ਨਾ ਤੇੜ ਬਾਬੂ। ਇਹ ਫਿਲਮ ਉਸ ਵੇਲੇ ਦੀ ਸੁਪਰ ਹਿੱਟ ਫਿਲਮ ਸਾਬਤ ਹੋਈ। ਫੇਰ ਉਹਨਾਂ ਹਿੰਦੀ ਫਿਲਮਾਂ ਦੇ ਲਈ ਵੀ ਗਾਣੇ ਗਾਏ। ਸਨ 1944 ਵਿੱਚ ਉਹਨਾਂ ਲਾਹੌਰ ਨੂੰ ਛੱਡ ਦਿੱਤਾ ਤੇ ਬੰਬਈ ਜਾ ਕੇ ਵਸ ਪਏ। ਹਿੰਦੁਸਤਾਨ ਦੀ ਤਕਸੀਮ ਹੋਈ ਤੇ ਉਹਨਾਂ ਨੇ ਹਿੰਦੁਸਤਾਨ ਨੂੰ ਛੱਡਿਆ ਤੇ ਪਾਕਿਸਤਾਨ ਆ ਗਈਆਂ। ਪਾਕਿਸਤਾਨ ਵਿੱਚ ਉਹਨਾਂ ਨੇ ਰੇਡੀਓ ਪਾਕਿਸਤਾਨ ਲਾਹੌਰ ਸੈਂਟਰ ਵਿੱਚ ਕੋਈ 10 ਵਰੇ ਕੰਮ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਮਿਊਜ਼ਿਕ ਨੂੰ ਛੋੜ ਦਿੱਤਾ ਤੇ ਸਾਰੀ ਹਯਾਤੀ ਆਪਣੇ ਘਰ ਰਹਿ ਕੇ ਗੁਜ਼ਾਰੀ। ਜ਼ੀਨਤ ਬੇਗਮ 11 ਦਸੰਬਰ 2007 ਵਿੱਚ ਇਸ ਦੁਨੀਆ ਤੋਂ ਚਲੀਆਂ ਗਈਆਂ। ਉਹਨਾਂ ਦੀਆਂ ਕੁਝ ਮਸ਼ਹੂਰ ਫਿਲਮਾਂ ਵਿੱਚੋਂ ਨਿਸ਼ਾਨੀ, ਪੰਛੀ, ਸ਼ਾਲੀਮਾਰ, ਸ਼ਹਿਰ ਸੇ ਦੂਰ ਤੇ ਦਾਸੀ ਦਾ ਨਾਂ ਸਿਰ ਕਢਵਾਏ।
वे पंछी देख दिया की ठंड फुले आएरा बैठ बने रे पड़िया कोई देख दी गल सुना वो दुखिया रे पंछी देख दी गल सुना आवे पंछी दे तुटिया की कण फुले आएरा बैठ बने रे पड़िया कोई दे तुटी गल सुना वो दुखिया रे पंछी दे तुटी गल सुना आवे भरनाए क्यों हाय हाय करनाए क्यों बैठा होके भरनाए क्यों की हो आई गल कर कोई की हो आई गल कर कोई बाबुल वाले देश दा कानू हाल सुनन दाजा वो दुखिया रे पंछी हाल सुनन दाजा आवे पंछी छट के अपने माँ प्यो जाए मैं भी बैठी पढ़ के अपने माँ प्यो जाए मैं भी बैठी देश पर आए बिछड़िया का कुछ हाल सुना दे बिछड़िया का कुछ हाल सुना दे अखियां विचों पड़िया थम थम मुखड़ा फिल्म विच उन्हां आखरी वारी अपनी कला दे जोहर विखाए हनेरी आई है उतो
वसदे मी सम 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 रब पैर करे याद महीनू करनिया नाले डुबनिया नाले तरनिया याद महीनू करनिया नाले डुबनिया नाले तरनिया एक हंजुआ नदी बगाइए उतों वसदा है मीठम सम सम रब पैर करे साडे वेड़े विच रब करम करे माही पिजदा कदम धरे असारा विच जिंद बिछाईए उतों वसदा है मीठम सम सम रब पैर करे ਇਸ ਤੋਂ ਸਿੱਟਾ ਇਹ ਨਿਕਲਦਾ ਏ ਕਿ ਫਨਕਾਰ ਮਰ ਜਾਂਦਾ ਏ ਪਰ ਉਹ ਆਪਣੀ ਕਲਾ ਤੇ ਆਰਟ ਨਾਲ ਜਿੰਦਾ ਰਹਿੰਦਾ ਏ ਐਫਐਮ 95 ਪੰਜਾਬ ਰੰਗ ਜ਼ੀਨਤ ਬੇਗਮ ਹੋਰਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਖਰਾਜ ਪੇਸ਼ ਕਰਦੇ ਆ ਅੱਜ ਉਹਨਾਂ ਦੇ ਗਾਏ ਹੋਏ ਗਾਣੇ ਤੁਹਾਨੂੰ ਸੁਣਾਏਗਾ